ਉਹਨਾਂ ਨੇ ਇਸ ਅਹੁਦੇ ਨੂੰ ਹੋਰ ਸ਼ਿੰਗਾਰਿਆ ਇਹਨਾਂ ਨੂੰ ਸੇਵਾ ਫਲ ਦੇ ਤੌਰ ਤੇ ਸਨਮਾਨ ਭੱਤਾ ਤੇ ਨਾਲ ਇਹਨਾਂ ਨੂੰ ਇੰਡੀਪੈਂਡੈਂਟ ਕੀਤਾ ਕਿ ਇਹ ਖਰਚਿਆਂ ਤਾਤ ਜਾਂ ਹੋਰ ਕਾਰਜਾਂ ਦੇ ਵਿੱਚ ਕਿਸੇ ਪੱਖੀ ਵੀ ਇਹਨਾਂ ਦੇ ਜਿਹੜੇ ਹੱਥ ਆ ਉਹ ਖੁੱਲੇ ਛੱਡੇ ਸੀ ਔਰ ਮੈਂ ਕਹਿ ਸਕਦਾ ਮਾਣ ਨਾਲ ਕਿ ਅੱਜ ਤੱਕ ਇਹ ਪਰੰਪਰਾ ਉਸੇ ਤਰ੍ਹਾਂ ਬਰਕਰਾਰ ਚੱਲ ਰਹੀ ਹੈ। ਮੌਜੂਦਾ ਦੌਰ ਦੇ ਵਿੱਚ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਜਥੇਦਾਰ ਤਖ਼ਤ ਸਾਹਿਬਾਨਾਂ ਨੂੰ ਜਿੱਥੇ ਆਦਰ ਤੇ ਸਤਿਕਾਰ ਦਿੱਤਾ ਜਾ ਰਿਹਾ ਉੱਥੇ ਉਹਨਾਂ ਵੱਲੋਂ ਸਮੇਂ ਸਮੇਂ ਤੇ ਜਿਹੜੇ ਕੋਈ ਦਿਸ਼ਾ ਨਿਰਦੇਸ਼ ਦਿੱਤੇ ਗਏ ਉਹਨਾਂ ਦਾ ਵੀ ਪਾਲਣਾ ਕੀਤਾ ਗਿਆ। ਇਹ ਮੈਂ ਤੁਹਾਡੇ ਨਾਲ ਤਾਂ ਗੱਲ ਕਰ ਰਿਹਾ ਕਿ ਕੁਛ ਸਮੇਂ ਤੋਂ ਇੱਕ ਸਾਡੀ ਧਾਰਨਾ ਬਣ ਗਈ ਆ ਕਿ ਕਾਂ ਵਾਲੀ ਬਿਰਤੀ ਰੱਖ ਕੇ ਦੂਏ ਦੇ ਉੱਤੇ ਐਲੀਗੇਸ਼ਨ ਲਾਉਣੇ। ਮੇਰਾ ਸੁਭਾਅ ਵੀ ਆ, ਮੈਂ ਬਹੁਤ ਘੱਟ ਬੋਲਦਾ, ਵਿਰੋਧੀ ਨਹੀਂ ਮੈਂ ਕਹਿੰਦਾ ਹੁੰਦਾ, ਮੈਂ ਵਿਚਾਰਧਾਰਕ ਮਤਭੇਦ ਦੀ ਗੱਲ ਕਰਦਾ ਹੁੰਦਾ ਕਿ ਜੀ ਆਹ ਸਮੇਂ ਦੌਰਾਨ ਆਹ ਨਹੀਂ ਹੋਇਆ ਆਹ ਨਹੀਂ ਹੋਇਆ। ਮੈਂ ਜਵਾਬ ਉਹਨਾਂ ਦਾ ਇਕੱਲੇ ਇਕੱਲੇ ਦਾ ਦੇ ਸਕਦਾ ਸੀ, ਪਰ ਮੈਂ ਕਹਿ ਸਕਦਾ ਕਿ ਸਿੰਘ ਸਾਹਿਬਾਨ ਦੇ ਸਾਰਾ ਕੁਝ ਉਹਨਾਂ ਦੀ ਜਾਣਕਾਰੀ ਹਿੱਤ ਉਹਨਾਂ ਕੋਲ ਇਕੱਲਾ ਇਕੱਲਾ ਜੋ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਾਰਜ ਕੀਤਾ ਉਹ ਜਥੇਦਾਰ ਸਾਹਿਬਾਨਾਂ ਦੇ ਜਾਣਕਾਰੀ ਦੇ ਵਿੱਚ ਆ। ਸੋ ਮੇਰਾ ਕਹਿਣ ਤੋਂ ਭਾਵ ਕਿ ਸਿੰਘ ਸਾਹਿਬਾਨ ਉਹਨਾਂ ਦਾ ਹਮੇਸ਼ਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਹੁਤ ਵੱਡਾ ਸਤਿਕਾਰ ਰੱਖਿਆ ਅਤੇ ਸਤਿਕਾਰ ਇਸੇ ਤਰ੍ਹਾਂ ਬਰਕਰਾਰ ਰਹੂਗਾ। ਉਂਝ ਵੀ ਆ ਜਿਹੜਾ ਸਮਾਂ ਚੱਲ ਰਿਹਾ, ਇੱਕ ਕੌਮੀ ਸੰਕਟ ਚੱਲ ਰਿਹਾ ਅਤੇ ਪਿਛਲੇ ਸਮੇਂ ਵੱਲ ਵੱਲ ਨਿਗਾਹ ਮਾਰੀਏ, ਕਈ ਵਾਰੀ ਸਵਾਲ ਕਰਦੇ ਆ ਜੀ ਅਸੀਂ ਕੀ ਸਰਕਾਰਾਂ ਕੀ ਅਸੀਂ ਸਿੱਧੀ ਦਖਲਅੰਦਾਜ਼ੀ ਕਰਦੇ ਹਾਂ। ਆਹ ਮੌਜੂਦਾ ਹੁਣ ਹਰਿਆਣੇ ਦੀ ਸਰਕਾਰ ਜਿਸ ਵੇਲੇ ਖੱਟੜ ਦੀ ਸਰਕਾਰ ਸੀ ਅਤੇ ਮੈਂ ਹੈਰਾਨ ਸੀ ਕਿ ਕਹਿ ਰਹੇ ਜੀ ਇਹ ਤਾਂ ਕਾਂਗਰਸ ਵੇਲੇ ਬਣਿਆ ਅਤੇ ਕਾਂਗਰਸ ਨੇ ਇਹ ਕਮੇਟੀ ਉਦੋਂ ਐਕਟ ਬਣਾਇਆ। ਕੋਈ ਸ਼ੱਕ ਨਹੀਂ ਕਾਂਗਰਸ ਵੇਲੇ ਬਣਿਆ ਅਤੇ ਪਰ ਉਹਨੂੰ ਬੂਰ ਕੇ ਨ ਪਾਇਆ, ਉਹ ਬੂਰ ਪਾਇਆ ਉਸ ਵੇਲੇ ਦੀ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਅਤੇ ਚਿੱਚੇ ਤੌਰ 'ਤੇ ਪੰਜਾਬ ਦੀ ਸਰਕਾਰ ਜਿਹੜੀ ਆਪ ਦੀ ਸਰਕਾਰ ਆ। ਉਹ ਸੁਪਰੀਮ ਕੋਰਟ ਦੇ ਵਿੱਚ ਜਿਸਲੇ ਸੈਂਟਰ ਵੀ ਰਲ ਗਿਆ, ਸਟੇਟ ਦੀਆਂ ਦੋਵੇਂ ਸਰਕਾਰਾਂ ਨਾਲ ਰਲ ਗਈਆਂ ਅਤੇ ਫਿਰ ਉੱਥੇ ਹੋਣਾ ਕੀ ਸੀ, ਹੋਇਆ ਉਹ ਜਿਹੜਾ ਅਸੀਂ ਖਾਲਸਾ ਪ੍ਰਗਟ ਕਰਦੇ ਸੀ। ਹੁਣ ਦੂਜੀ ਟਰਮ ਉਹਨਾਂ ਦੀ ਅਡਹੋਕ ਦੀ ਆ ਗਈ ਆ ਔਰ ਉੱਥੇ ਜੋ ਪਿਛਲੇ ਸਮੇਂ ਦੌਰਾਨ ਹੋਇਆ ਉਹ ਕਿਉਂ ਵਾਪਰ ਰਿਹਾ, ਅੱਜ ਕਿਉਂ ਹਰਿਆਣੇ ਦੇ ਸਿੱਖ ਜਿਹੜੇ ਆ ਉੱਥੇ ਉਂਗਲਾਂ ਚੁੱਕ ਰਹੇ ਆ, ਉਹ ਮੈਂ ਨਹੀਂ ਕਹਿੰਦਾ, ਇਹਨਾਂ ਦੇ ਆਪਣੇ ਮੈਂਬਰ ਹੀ ਇੱਕ ਦੂਜੇ ਨੂੰ ਕਹਿੰਦੇ ਆ ਜੀ ਇੱਥੇ ਆਹ ਹੋ ਗਿਆ, ਫਲਾਨਾ ਆਹ ਕਰ ਗਿਆ, ਫਲਾਨਾ ਉਹ ਕਰ ਗਿਆ। ਇਹ ਭਾਈ ਜੇ ਸਰਕਾਰ ਦੇ ਇਸ਼ਾਰਿਆਂ 'ਤੇ ਚੱਲਾਂਗੇ ਤਾਂ ਫਿਰ ਇਵੇਂ ਹੀ ਹੋਊਗੀ। ਅੱਜ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਕਬੂਲੇ ਚਾਹੇ ਨਾ ਕਬੂਲੇ, ਇੱਕ ਸੱਚ ਇੱਥੇ ਹੁੰਦਾ ਇੱਕ ਸੱਚ ਉੱਤੇ ਵੀ ਚੱਲਦਾ, ਉਹ ਤਾਂ ਸਾਰਿਆਂ 'ਤੇ ਚੱਲਣਾ, ਉਹ ਕੰਮ ਹੋਰ ਕਿਸੇ 'ਤੇ ਵੱਖਰਾ ਤਾਂ ਨਹੀਂ ਚੱਲਣਾ, ਉਹ ਤਾਂ ਸਾਰਿਆਂ 'ਤੇ ਚੱਲਣਾ। ਪਰ ਫਿਰ ਵੀ ਦੁਨਿਆਵੀ ਧਰਤੀ 'ਤੇ ਜਿਹੜਾ ਸੱਚ ਬੋਲਦੇ ਉਹਦਾ ਕੁਛ ਨਾ ਕੁਛ ਲੋਕ ਅਸਰ ਕਬੂਲਦੇ ਆ। ਉੱਥੇ ਵੀ ਆਪਾਂ ਦੇਖਿਆ ਸਿੱਧੇ ਤੌਰ 'ਤੇ ਭਾਰਤੀ ਜਨਤਾ ਪਾਰਟੀ ਉੱਥੇ ਸਿੱਧੀ ਦਖਲਅੰਦਾਜ਼ੀ ਕਰ ਰਹੀ, ਦਖਲਅੰਦਾਜ਼ੀ ਨਹੀਂ ਕਰ ਰਹੀ, ਕੁਛ ਮੈਂਬਰ ਸਿੱਧੇ ਤੌਰ 'ਤੇ ਪਾਰਟੀਆਂ ਦੇ ਵਿੱਚ ਵੀ ਰਲ ਗਏ। ਭਾਵੇਂ ਅੱਜ ਦਾ ਵਿਸ਼ਾ ਕੁਝ ਹੋ ਰਿਹਾ, ਮੈਂ ਉੱਥੇ ਬਾਅਦ 'ਚ ਆਉਣਾ ਚਾਹੁੰਦਾ, ਜਿਹੜਾ ਕੌਮੀ ਸੰਕਟ ਮੈਂ ਉਹਦੇ ਬਾਰੇ ਥੋੜ੍ਹੀ ਜਿਹੀ ਤੁਹਾਡੇ ਧਿਆਨ 'ਚ ਲਿਆਉਣੀ ਚਾਹੁੰਦਾ ਸੀ ਕਿ ਪਿਛਲੇ ਦਿਨੀ ਹਜ਼ੂਰ ਸਾਹਿਬ ਤਖ਼ਤ ਦੇ ਉੱਥੇ ਪ੍ਰਧਾਨ ਦੀ ਚੋਣ ਹੋਣੀ ਸੀ, ਕਿਉਂਕਿ ਉੱਥੇ ਵੱਖਰਾ ਇੱਕ ਉਹਨੇ ਬੋਰਡ ਬਣਾ ਦਿੱਤਾ ਅਤੇ ਬੋਰਡ ਦੀ ਜਿਹੜੀ ਨੋਮੀਨੇਸ਼ਨ ਪ੍ਰਧਾਨ ਦੀ ਉਹ ਸਰਕਾਰ ਕਰਦੀ ਆ। ਉਸ ਵੇਲੇ ਇੱਕ ਪ੍ਰਧਾਨ ਇਹੋ ਜਿਹਾ ਚੁਣਿਆ ਜਿਹੜਾ ਨਹੀਂ ਸੀ ਚੁਣਨਾ ਚਾਹੀਦਾ, ਪਰ ਸਾਰਿਆਂ ਨੇ ਰੌਲਾ ਰੱਪਾ ਪਾਇਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਪਾਇਆ ਅਤੇ ਫਿਰ ਜਾ ਕੇ ਉਹ ਪ੍ਰਧਾਨ ਬਦਲ ਕੇ ਹੋਰ ਲਾਏ ਗਏ। ਇਸੇ ਤਰ੍ਹਾਂ ਪਟਨਾ ਸਾਹਿਬ ਦੇ ਵਿੱਚ ਵੀ ਆ,
मौजूदा समा तुरदे तुरदे पटना हजूर दिल्ली ते गांह हुण शंभू बार्डर हरियाणा ते गांह साडे बार्डर तो भी हुण गांह क्रॉस हो रहा क्योंकि वो जिहड़ियां मौके दियां हाकम सरकारां आ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਤੋਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਭੈ ਪੀਤ ਆ ਕਿ ਸਿੱਖ ਜਿਹੜੇ ਆ ਇਹ ਚਾਹੇ ਐਜੂਕੇਸ਼ਨ ਅਦਾਰੇ ਆ ਚਾਹੇ ਮੈਡੀਕਲ ਫੈਸਿਲਿਟੀਜ਼ ਆ ਚਾਹੇ ਪ੍ਰਬੰਧ ਦੀ ਗੱਲ ਆ ਤੇ ਚਾਹੇ ਕੋਈ ਕੌਮੀ ਸੰਕਟ ਆ ਜਾਏ ਇਹ ਹਿੱਤਾਂ ਦੀ ਪੂਰਤੀ ਕਰਦੀ ਆ ਕੁਝ ਜਮਾਤਾਂ ਨੂੰ ਇਹ ਚੰਗਾ ਨਹੀਂ ਲੱਗਦਾ तो ऐसे करके हुण आ मौजूदा समय दे विच बहुत खोज कही जांदे आ कि असी साडा सीधा कोई संबंध नहीं पर समय दे अनुकूल सारा कुछ सामने आ जांदा ते मैं कह सकदा कि अज बहुत बड़े पद्धर दे उत्ते पंजाब दे विच भी कुछ भैड़ कीती जा रही खास करके मौजूदा श्रोमणी गुरद्वारा प्रबंधक कमेटी विच मैं किसी नूं ना दोषी कहना ना मैं किसी ते एलीगेशन लाउना पर सच सच्चे हुंदा ते सच प्रगट भी हो जांदा सो कुछ सियासी पार्टियां अपने निजी मफादां लई अज इह भरा मारू जंग वल नूं इह कारज नूं धकेल रहियां श्रोमणी गुरद्वारा प्रबंधक कमेटी वल्लों मैं स्पष्ट करना चाहुंदा कि श्रोमणी गुरद्वारा प्रबंधक कमेटी बाहत सिखां दी जमात आ भावें एक सैक्ट इनू चुणदा पर श्रोमणी गुरद्वारा प्रबंधक कमेटी हमेशा सारा दा सिख कौम दा चिचे तौर ते सारिआं दा कौमी हितां दा ध्यान रखदी आ सो उस तों इलावा आ जिहड़ा हुण मौजूदा हालात दे विच मैं समुचे सारे भाईचारे नूं सिख भाईचारे नूं समूह अकाली लीडरशिप नूं समूह गुरु नानक नाम लेवा माई भाई नूं बेनती करनी चाहुंदा कि आपो विची जिहड़ी लड़ाई वह हानिकारक ते घातक सिद्ध हो जांदी आ ते असीं इन्हां गल्लां 'च यकीन नहीं रखदे आओ सारे तकड़े हो के आपां इह जिहड़ी श्रोमणी गुरद्वारा प्रबंधक कमेटी संस्था नूं अज कमजोर करन लई बहुत वड्डे पद्धर ते जोर लग रहा इहनूं आपां जिहड़ी साडे बजुर्गां ने अपने लहू ते मिंज दे नाल इह फलवाड़ी सिंजी सी उहनां पिछलियां कदरां कीमतां दे उत्ते पहरा देईए ते ठोसता दे नाल इस संस्था दे सहयोगी बन के मैं इह नहीं कहिंदा वी कौण किवें करदा पर आ जिहड़ा मौजूदा समां आ इस मौजूदा समां दे विच जे संस्थावां कमजोर हो जाणगियां श्रोमणी अकाली दल कमजोर हो जाऊ श्रोमणी गुरद्वारा प्रबंधक कमेटी कमजोर हो जाऊ सब तों वड्डी संस्था सिख पंथ दी श्री अकाल तख्त साहिब आ कहिंदे सारियां अकाल तख्त महान है सिख पंथ दी शान है पर उहदे उत्ते पहरा देण लगे कई वारी लत्तां जिहड़ियां उह थड़थड़ा जांदियां मैं स्पष्ट करना चाहना श्रोमणी गुरद्वारा प्रबंधक कमेटी तौर सुखे समुचे तौर ते सारे तख्त साहिबाना दे जथेदार उन्हां दा दिलों नहीं गा उन्हां दा मनो हर एक पक्ष तों पूरा सत्कार आ ते इह सत्कार इसे तरह बहार रहूगा क्योंकि मीडिया का युग आ ते सारा कुछ प्रगट हो जाता अजकल तो बहुत छेती सारा कुछ प्रगट हो जाता दूसरा जिहड़ा एक आ हुण संकट कल दा साडे वल चलिया कि कल शाम मैनू सिंह साहब जी का टैलीफोन आया सिंह साहब ज्ञानी हरप्रीत सिंह जी जथेदार तख्त श्री के दमदमा साहब उन्होंने एक मैनू वट्सअप के उत्ते मेरे ते वो अपना अस्तीफा भेजा ते नाल दी नाल उन्हें टैलीविजन के उत्ते भी अपना बयान नशर किया मैं जदों मैनू टैलीफोन माया उदों ही मैं कहा सी सिंह साहब जी कि तुसी बड़े अहुदे ते बैठे हां तुहाडा आदब ते सत्कार आ
ਆਪਾਂ ਅਸਤੀਫੇ ਵਾਲੇ ਪਾਸੇ ਨੂੰ ਨਾ ਪਈਏ। ਤੁਸੀਂ ਇਹ ਅਸਤੀਫਾ ਆਪਣਾ ਇਹ ਅਸਤੀਫਾ ਭੇਜੋ ਨਾ, ਵਾਪਸ ਲਓ। ਪਰ ਚਲੋ ਕੋਈ ਨਹੀਂ, ਸ਼ਾਮ ਨੂੰ ਰਾਤ ਨੂੰ ਮੇਰ ਫਿਰ ਉਹਨਾਂ ਨਾਲ ਗੱਲ ਹੋਈ, ਫਿਰ ਮੈਂ ਉਹਨਾਂ ਦੇ ਨਾਲ ਇਹੋ ਵਿਚਾਰ ਕੀਤੀ ਵੀ ਆਪਾਂ ਤੁਸੀਂ ਕਿਉਂਕਿ ਮੁਖੀ ਆ, ਸਿੰਘ ਸਾਹਿਬ ਆਨ ਆ, ਮੈਂ ਇਹ ਵੀ ਤੁਹਾਡੇ ਧਿਆਨ 'ਚ ਲਾਉਣਾ ਚਾਹੁੰਦਾ ਕਿ ਜਦ ਦੇ ਉਹਨਾਂ ਨੇ ਦਮਦਮਾ ਸਾਹਿਬ ਦੇ ਨਾਲ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਤੌਰ 'ਤੇ ਉਹ ਜ਼ਿੰਮੇਵਾਰੀ ਲਈ ਸੀ, ਉਹ ਜ਼ਿੰਮੇਵਾਰੀ ਉਹਨੇ ਬਾਖੂਬੀ ਨਿਭਾਈ ਆ। ਬੜੇ ਸਮੇਂ ਉੱਤੇ ਥੱਲੇ ਦੇ ਆਏ, ਪਰ ਉਹਨਾਂ ਦੀ ਮੈਂ ਇਸ ਪੱਖ ਤੋਂ ਵੀ ਪ੍ਰਸ਼ੰਸਾ ਕਰਦਾ ਕਿ ਉਹਨਾਂ ਨੇ ਉਹ ਸਾਰੇ ਜਿਉਂ ਜਿਉਂ ਦੇ ਸਮੇਂ ਆਏ ਉਹਨਾਂ ਸਮਿਆਂ ਦੇ ਵਿੱਚੋਂ ਸਾਡੀ ਤਰਜਮਾਨੀ ਕੀਤੀ, ਅਤੇ ਇਸ ਕਰਕੇ ਉਹ ਸਾਡੇ ਸਤਿਕਾਰਯੋਗ ਵੀ ਆ। ਅਤੇ ਜਿਹੜਾ ਅਸਤੀਫਾ ਉਹਨੇ ਦਿੱਤਾ ਕੱਲ੍ਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਖ ਸੇਵਾ ਹੋਣ ਦੇ ਨਾਤੇ, ਉਹ ਮੈਂ ਅਸਤੀਫਾ ਜਿਹੜਾ ਉਹਨਾਂ ਦਾ ਉਹ ਰੱਦ ਕਰਦਾ, ਉਹ ਅਸਤੀਫਾ ਮੰਨਿਆ ਨਹੀਂ ਜਾਊਗਾ। ਉਹਨਾਂ ਨੂੰ ਮੈਂ ਟੈਲੀਫੋਨ ਤੋਂ ਆ ਥੋੜ੍ਹਾ ਸਮਾਂ ਪਹਿਲਾਂ ਕਨਵੇ ਵੀ ਕਰ ਦਿੱਤਾ ਸੀ ਕਿ ਤੁਸੀਂ ਬਿਹਤਰ ਤਾਂ ਸੀਗਾ ਵੀ ਅਸਤੀਫਾ ਵਾਪਸ ਲੈਂਦੇ, ਪਰ ਕਿਉਂਕਿ ਤੁਹਾਡੀਆਂ ਸੇਵਾਵਾਂ ਸਿੱਖ ਪੰਥ ਪ੍ਰਤੀ ਬਹੁਤ ਸ਼ਲਾਘਾਯੋਗ ਆ, ਅਤੇ ਤੁਹਾਡੀਆਂ ਸੇਵਾਵਾਂ ਦੀ ਹਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭਵਿੱਖ ਦੇ ਵਿੱਚ ਵੀ ਬਹੁਤ ਜ਼ਰੂਰਤ ਆ। ਕਿਉਂਕਿ ਪਿਛਲਾ ਸਾਰਾ ਸਮਾਂ ਉਹਨਾਂ ਦਾ ਅਤੇ ਆ ਜਿਹੜਾ ਮੂਹਰਲਾ ਸਮਾਂ ਉਹਦੇ ਵਿੱਚ ਵੱਖ ਵੱਖ ਅਹੁਦਿਆਂ 'ਤੇ ਸਾਡੇ ਨਾਲ ਸਲਾਹਾਂ ਵੀ ਕਰਦੇ ਆ ਅਤੇ ਸਾਡੀ ਯੋਗ ਅਗਵਾਈ ਵੀ ਕਰਦੇ ਆ। ਸੋ ਉਹ ਸਾਰਿਆਂ ਪੱਖਾਂ ਨੂੰ ਮੁੱਖ ਰੱਖਦੇ ਹੋਏ ਉਹ ਜਿਹੜਾ ਅਸਤੀਫਾ ਆ ਉਹ ਨਾ ਮਨਜ਼ੂਰ ਕੀਤਾ ਜਾਂਦਾ, ਰੱਦ ਕੀਤਾ ਜਾਂਦਾ। ਅਤੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਨਿਮਰਤਾ ਸਹਿਤ ਕਿ ਜਿਵੇਂ ਅੱਗੇ ਤੁਸੀਂ ਸਾਡੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਅਤੇ ਬਤੌਰ ਪੰਜ ਸਿੰਘ ਸਹਿਬਾਨ ਅਗਵਾਈ ਕਰਦੇ ਹਾਂ, ਉਸੇ ਤਰ੍ਹਾਂ ਸਾਡੀ ਜਿਹੜੀ ਆ ਯੋਗ ਅਗਵਾਈ ਤੁਸੀਂ ਕਰਨੀ ਆ। ਹਾਂ, ਮੈਂ ਇਹ ਜ਼ਰੂਰ ਸਪੱਸ਼ਟ ਕਰਨਾ ਚਾਹੁੰਦਾ ਕਿ ਕਈ ਵਾਰੀ ਮਰਿਆਦਾ ਦਾ ਏਡਾ ਵੱਡਾ ਉਲੰਘਣ ਹੋ ਜਾਂਦਾ। ਅੱਜ ਤਾਂ ਸਾਡੇ ਵਿੱਚ ਰਹਿ ਹੀ ਗੱਲ ਇਹ ਗਈ ਆ ਕਿ ਜਿਹੜਾ ਵੀ ਕੋਈ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਆਉਂਦਾ ਇੱਕ ਚਿੱਠੀ ਫੜਾ ਦਿੰਦਾ, ਬਾਹਰ ਵਿਖਿਆਨ ਵੀ ਆਪਣੇ ਢੰਗ ਨਾਲ ਕਰ ਜਾਂਦਾ ਵੀ ਜੀ ਇਹਨੂੰ ਆਹ ਸਜ਼ਾ ਦੇਣੀ ਚਾਹੀਦੀ ਆ, ਆਪ ਹੀ ਕੰਪਲੇਨੈਂਟ ਅਤੇ ਆਪ ਹੀ ਜੱਜ ਦਾ ਵੀ ਰੋਲ ਅਦਾ ਕਰਕੇ ਚੱਲ ਜਾਂਦੇ। ਤੁਸੀਂ ਮੀਡੀਆ ਵਿੱਚ ਬਿਹਤਰ ਜਾਣਦੇ ਹਾਂ, ਇਵੇਂ ਕਦੇ ਨਹੀਂ ਹੋਈ ਇਹ ਮਰਿਆਦਾ। ਪਿਛਲੇ ਦਮੇ ਦੌਰਾਨ ਸਿੰਘ ਸਾਹਿਬ ਨੇ ਜਦੋਂ ਇੱਕ ਹਦਾਇਤ ਵੀ ਕੀਤੀ ਸੀ ਵੀ ਜਦ ਤੱਕ ਸ਼੍ਰੋਮਣੀ ਗੁਰਦੁਆਰਾ ਜਦ ਤੱਕ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀਆਂ ਵੀ ਇੱਕ ਦੂਜੇ ਪ੍ਰਤੀ ਸ਼ਿਕਾਇਤਾਂ ਆ ਉਹਦੇ ਪ੍ਰਤੀ ਕੁਛ ਨਾ ਬੋਲਿਆ ਜਾਵੇ। ਅਤੇ ਮੈਂ ਦੇਖਦਾ ਇੱਥੇ ਜਿੰਨੇ ਵੀ ਆਉਂਦੇ ਆ ਉਹ ਕੰਪਲੇਂਟ ਪਾਉਣ ਆਉਂਦੇ ਆ, ਨਾਲ ਹੀ ਆਪਣਾ ਵਿਖਿਆਨ ਵੀ ਕਰ ਜਾਂਦੇ ਆ ਅਤੇ ਸਿਆਸੀ ਰੋਟੀਆਂ ਵੀ ਸੇਕ ਰਹੇ ਆ। ਹਮਦਰਦੀ ਨਹੀਂ ਮੈਂ ਕਹਿ ਸਕਦਾ, ਸਾਡੇ ਸਾਥੀ ਆ ਅਤੇ ਫਿਰ ਵੀ ਉਹਨੇ ਸਾਥੀ ਬਣਨਾ ਹੀ ਆ। ਮੈਨੂੰ ਪਤਾ ਆ ਸਾਥੀ, ਮੈਂ ਵੀ 40 ਸਾਲ 45 ਸਾਲ ਦਾ ਦੇਖਦਾ ਆ ਰਿਹਾ। ਅਤੇ ਫਿਰ ਆਪਾਂ ਸਾਰਥਕ ਰੋਲ ਅਦਾ ਕਰੀਏ, ਸਿੰਘ ਸਾਹਿਬ ਸਾਡੇ ਸਤਿਕਾਰ 'ਤੇ ਆ। ਉਹ ਰਾਤ ਵੀ ਮੈਂ ਉਹਨਾਂ ਨੂੰ ਜਿਲ੍ਹੇ ਟੈਲੀਫੋਨ ਆਇਆ ਉਸ ਵੇਲੇ ਵੀ ਕਨਵੇ ਕੀਤਾ ਸੀ ਕਿ ਕਿਸੇ ਹਾਲਤ ਵਿੱਚ ਵੀ ਇਹ ਤੁਹਾਡਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਜਾਣਾ, ਚਾਹੇ ਉਹਨਾਂ ਕੋਲ ਰਿਕਾਰਡਿੰਗ ਵੀ ਸ਼ਾਇਦ ਹੋਵੇ। ਅਤੇ ਮੈਂ ਰਾਤ ਵੀ ਇਹ ਗੱਲ ਕੀਤੀ ਸੀ ਉਹਨਾਂ ਦੇ ਨਾਲ, ਅਤੇ ਹੁਣ ਵੀ ਮੈਂ ਸਵੇਰੇ ਜਿਹੜੀ ਆ ਉਹਨਾਂ ਦੇ ਨਾਲ ਗੱਲ ਕੀਤੀ ਆ। ਅਤੇ ਮੈਂ ਸਮਝਦਾ ਵੀ ਉਹਨਾਂ ਦੀਆਂ ਸੇਵਾਵਾਂ ਬੜਮੁੱਲੀਆਂ ਆ ਅਤੇ ਬੜਮੁੱਲੀਆਂ ਸੇਵਾਵਾਂ ਦੇ ਵਿੱਚ ਉਹਨੇ ਬੜਮੁੱਲਾ ਜਿਹੜਾ ਆ ਉਹ ਸਾਡਾ ਸਾਰਾ ਯੋਗਦਾਨ ਪਾਇਆ। ਅੰਤ ਦੇ ਵਿੱਚ ਫਿਰ ਨਿਮਰਤਾ ਸਹਿਤ ਸਾਰਿਆਂ ਨੂੰ ਬੇਨਤੀ ਕਰਦਾ, ਬਹੁਤ ਖੋਜਿਆ ਬੋਲਣ ਨੂੰ ਬਤੌਰ ਪੋਲੀਟੀਸ਼ੀਅਨ ਇੱਕ ਦੂਜੇ ਦੇ ਖਿਲਾਫ਼ ਬੋਲੀ ਜਾਈਏ ਜਾਂ ਹੋਰ ਬੋਲੀ ਜਾਈਏ। ਤਖ਼ਤ ਸਾਹਿਬਾਨ ਦੇ ਜਥੇਦਾਰ ਜਿਹੜੇ ਆ ਇਹ ਸਤਿਕਾਰਯੋਗ ਆ, ਕੋਈ ਗੱਲ ਕਰਨੀ ਅੰਦਰ ਵੜ ਕੇ ਕੀਤੀ ਜਾ ਸਕਦੀ ਆ। ਸਿੰਘ ਸਾਹਿਬ ਇੱਥੇ ਗਿਆਨੀ ਰਘਵੀਰ ਸਿੰਘ ਜੀ ਆ ਸਾਡੇ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਘਰ ਵੀ ਉਹਨਾਂ ਦਾ ਵਿੱਚ ਹੀ, ਇਵੇਂ ਹੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਘਰ ਵੀ ਉੱਥੇ ਦਮਦਮਾ ਸਾਹਿਬ ਦੇ ਵਿੱਚ ਹੀ ਆ ਅਤੇ ਇੱਥੇ ਵੀ ਆਉਂਦੇ ਜਾਂਦੇ ਆ। ਕੋਈ ਸੁਝਾਅ ਦੇਣਾ, ਕੋਈ ਗੱਲ ਕਰਨੀ ਆ ਅੰਦਰ ਵੜ ਕੇ ਕਰ ਲੈਣੀ ਚਾਹੀਦੀ ਆ। ਫਿਰ ਉਹ ਜਿਲ੍ਹੇ ਆਪਾਂ ਲੋਕਾਂ 'ਚ ਨਸ਼ਰ ਹੁੰਦੀ ਕੁਦਰਤੀ ਕਈ ਵਾਰੀ ਫਿਰ ਵਿਕਾਰ ਨੂੰ ਸੱਟ ਲੱਗਦੀ ਆ।
ਐਵੇਂ ਗਿਆਨੀ ਸੁਲਤਾਨ ਸਿੰਘ ਜੀ ਇੱਥੇ ਵੀ ਰਹਿੰਦੇ ਆ, ਉਹਨਾਂ ਦੀ ਰਹਿਸ਼ ਵੀ ਇੱਥੇ ਹੀ ਆ ਤੇ ਤਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੇ ਵੀ ਜਾਂਦੇ ਆ। ਸੋ ਇਸ ਕਰਕੇ ਸਾਰਿਆਂ ਨੂੰ ਬੇਨਤੀ ਕਰਦਾ ਕਿ ਸਿੰਘ ਸਾਹਿਬ ਦੇ ਹੋਏ ਆਦੇਸ਼ ਅਨੁਸਾਰ ਕਿ ਕੋਈ ਵੀ ਗੱਲ ਜਿਹੜੀ ਕਰਨੀ ਉਹ ਆਪ ਅੰਦਰ ਵੜ ਕੇ ਕਰ ਲਓ, ਪਬਲਿਕਲੀ ਨਾ ਬੋਲੀ ਜਾਵੇ। ਕਿਉਂਕਿ ਪਬਲਿਕਲੀ ਜੇਲੇ ਕੋਈ ਗੱਲ ਬੋਲੀ ਜਾਂਦੀ ਤੇ ਉਹ ਫਿਰ ਕਈ ਵਾਰੀ ਉਹ ਐਸੀ ਘਾਤਕ ਸਿੱਧ ਹੁੰਦੀ ਆ, ਫਿਰ ਵਕਾਰਾਂ ਦਾ ਸਵਾਲ ਬਣ ਜਾਂਦਾ। ਤੇ ਤਖਤ ਸਾਹਿਬਾਨ ਜਿਹੜੇ ਜਥੇਦਾਰ ਸਾਹਿਬਾਨ ਇਹ ਕੌਮ ਦੀ ਅਗਵਾਈ ਕਰਦੇ ਆ, ਇਹ ਵੱਡੇ ਸਾਹਾਂ ਤੇ ਬੈਠੇ ਆ, ਵੱਡੀਆਂ ਇਹਨਾਂ ਦੀਆਂ ਸਭਾਵਾਂ ਆ। ਇਹਨਾਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਉਹ ਵੱਡੀਆਂ ਸਭਾਵਾਂ ਨੂੰ ਮੁੱਖ ਰੱਖਦੇ ਹੋਏ ਡਾਇਰੈਕਸ਼ਨ ਦੇਣੀ, ਅਗਵਾਈ ਕਰਨੀ ਆ। ਕਿਉਂਕਿ ਆਹ ਜਿਹੜਾ ਸਮਾਂ ਮੈਂ ਤੁਹਾਨੂੰ ਗਿਣਾਇਆ ਕਿ ਪਟਨਾ ਸਾਹਿਬ ਤੋਂ ਸ਼ੁਰੂ ਹੋ ਕੇ ਮਹਾਰਾਸ਼ਟਰ ਤੋਂ ਗਾਹਾਂ ਦਿੱਲੀ ਤੇ ਗਾਹਾਂ ਦਿੱਲੀ ਤੋਂ ਹਰਿਆਣਾ ਤੇ ਹੁਣ ਪੰਜਾਬ ਵਿੱਚ ਹੱਥ ਫੈਲਾ ਰਿਹਾ, ਇਹ ਤਾਂਹੀਓ ਸਾਡੇ ਸੁਰੱਖਿਅਤ ਆ ਜੇ ਜਿਹੜੇ ਸਾਡੇ ਅਗਵਾਈ ਕਰਦੇ, ਚਾਹੇ ਮੈਂ ਮੁੱਖ ਸੇਵਾਦਾਰ ਦੇ ਤੌਰ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਕਰਦਾ ਅਤੇ ਸਿੰਘ ਸਾਹਿਬਾਨ ਤਿੰਨੋ ਸਿੰਘ ਸਾਹਿਬਾਨ ਚੌਥੇ ਸਿੰਘ ਸਾਹਿਬਾਨ ਤਖ਼ਤ ਸ੍ਰੀ ਹਜ਼ੂਰ ਸਾਹਿਬ ਸਿੰਘ ਸਾਹਿਬ ਕੁਲਵੰਤ ਸਿੰਘ ਜੀ ਅਤੇ ਉਹਨਾਂ ਦੇ ਨਾਲ ਸਿੰਘ ਸਾਹਿਬ ਭਾਈ ਬਲਦੇਵ ਸਿੰਘ ਜੀ ਤਖ਼ਤ ਪਟਨਾ ਸਾਹਿਬ ਦੇ ਜਥੇਦਾਰ ਸਾਡੇ ਸਾਰੇ ਸਤਿਕਾਰਯੋਗ ਆ। ਕਿਉਂਕਿ ਇਹ ਤਖ਼ਤ ਸਾਹਿਬਾਨ ਗੁਰੂ ਸਾਹਿਬੰਦ ਗੁਰੂ ਸਾਹਿਬ ਜੀ ਦੇ ਵੇਲੇ ਤੋਂ ਤਖ਼ਤ ਜਿਹੜੇ ਆ ਇਹ ਚੱਲੇ ਆ ਰਹੇ ਅਤੇ ਇਹਨਾਂ ਦੀ ਮਰਿਆਦਾ ਵੀ ਆ। ਸੋ ਮੈਂ ਅੰਤ ਦੇ ਵਿੱਚ ਇਹ ਵੀ ਇੱਕ ਸਿੱਧੇ ਤੌਰ 'ਤੇ ਤੁਹਾਡੇ ਰੂਬਰੂ ਹੋ ਕੇ ਵੀ ਜੇ ਕਤਾਜਤ ਕਿਸੇ ਪੱਖ ਤੋਂ ਤੁਹਾਨੂੰ ਲੱਗਦਾ ਵੀ ਤੁਹਾਡੀ ਮਰਿਆਦਾ ਦਾ ਕਿਸੇ ਪੱਖ ਤੋਂ ਜਾਂ ਕੋਈ ਜਾਤੀ ਤੌਰ 'ਤੇ ਤੁਹਾਨੂੰ ਮਹਿਸੂਸ ਹੁੰਦਾ, ਉਹ ਅੱਜ ਅਕਾਲੀ ਦਲ ਦਾ ਸਾਡਾ ਸਰਦਾਰ ਦਲਜੀਤ ਸਿੰਘ ਚੀਮਾ ਆਏ ਸੀ, ਮੇਰਾ ਖਿਆਲ ਉਹਨੇ ਵੀ ਪ੍ਰੈਸ ਕਾਨਫਰੰਸ ਉੱਧਰ ਕਰਕੇ ਗਏ ਆ, ਅਤੇ ਮੈਂ ਇਹ ਅਸ਼ੋਰੈਂਸ ਦਿਵਾਉਂਦਾ ਕਿ ਅਸੀਂ ਤੁਹਾਡੇ ਨਾਲ ਹਾਂ। ਨਾਲ ਇਹ ਗੱਲਾਂ ਨਾ ਹੁੰਦਾ, ਨਾਲ ਸੱਚਮੁੱਚ ਹੀ ਹਾਂ ਬਤੌਰ ਪ੍ਰਧਾਨ, ਆਹ ਸਾਰੇ ਮੈਂਬਰ ਸਾਹਿਬਾਨ ਸਾਡੇ ਅਤੇ ਸਾਰਾ ਸਮੁੱਚਾ ਹਾਊਸ ਤੁਹਾਡੀਆਂ ਕੀਤੀਆਂ ਜਿਹੜੀਆਂ ਸੇਵਾਵਾਂ ਉਹਨਾਂ ਦਾ ਸਤਿਕਾਰ ਵੀ ਕਰਦੀ, ਉਹਨਾਂ ਦੀਆਂ ਪ੍ਰਸ਼ੰਸਾ ਵੀ ਕਰਦੀ ਅਤੇ ਗਾਂਹ ਵੀ ਵਧੇਰੇ ਹਿੱਤਾਂ ਲਈ ਤੁਸੀਂ ਸਾਡੀ ਉਹ ਜਿਹੜੀ ਉਹ ਅਗਵਾਈ ਕਰਦੇ ਰਹੋ ਅਤੇ ਉਹ ਅਸਤੀਫਾ ਜਿਹੜਾ ਆ ਉਹ ਅੱਜ ਅਸੀਂ ਉਹ ਨਾਮ ਮਨਜ਼ੂਰ ਕਰਦੇ ਹਾਂ। ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਸਾਰਾ। ਦੇਖੋ ਬੇਨਤੀ ਇਹ ਆ ਕਿਉਂਕਿ ਜ਼ਿਲ੍ਹੇ ਤਖ਼ਤ ਸਾਹਿਬਾਨਾਂ ਦੇ ਜਥੇਦਾਰ ਅਤੇ ਉਹ ਆਪੋ ਵਿੱਚ ਹੀ ਹੋ ਗਏ, ਹੁਣ ਮੇਰੀ ਗੱਲ ਦੀ ਲੋੜ ਨਹੀਂ ਜਾਗੀ ਕਿਉਂਕਿ ਉੱਥੇ ਸਾਰੀ ਆਲਰੇਡੀ ਉਹ ਜਿਹੜੀ ਆ ਹੋ ਚੁੱਕੀ ਆ। ਉਹਦੇ ਬਾਰੇ ਹੁਣ ਮੈਂ ਕੀ ਕਮੈਂਟ ਕਰਨਾ, ਉਹ ਤਾਂ ਸਿੰਘ ਸਾਹਿਬਾਨਾਂ ਦੇ ਨਾਲ ਹੀ ਸਾਨੂੰ ਸਮਝ ਹੋਈ ਸੀਗੀ। ਗੱਲ ਮੈਂ ਇੱਕ ਸਵਾਲ ਇੱਕ ਰੱਖਣਾ ਚਾਹ ਰਿਹਾ ਸੀਗਾ ਕਿ ਪੰਜਾਬ ਦੇ ਮੁੱਖ ਮੰਤਰੀ ਸੀ ਅਮਾਨ ਨੇ ਵਿਧਾਨ ਸਭਾ ਦੇ ਵਿੱਚ ਇੱਕ ਵਾਰ ਬਿਆਨ ਦਿੱਤਾ ਸੀਗਾ ਦਾੜੇ ਪ੍ਰਕਾਸ਼ ਨੂੰ ਲੈ ਕੇ ਤੇ ਪੱਗ ਨੂੰ ਲੈ ਕੇ, ਉਦੋਂ ਸ਼੍ਰੋਮਣੀ ਕਮੇਟੀ ਨੇ ਸਖ਼ਤ ਨੋਟਿਸ ਲਿਆ ਸੀਗਾ ਕਿ ਕਿਸੇ ਵੀ ਲੀਡਰ ਨੂੰ ਏਦਾਂ ਨਹੀਂ ਬੋਲਣਾ ਚਾਹੀਦਾ। ਤਾਂ ਅੱਜ ਜੇਕਰ ਵਿਰਸਾ ਬਟੋਆ ਹੋਰਾਂ ਦੇ ਉੱਤੇ ਇਲਜ਼ਾਮ ਲੱਗ ਰਹੇ ਨੇ, ਜਰਦਾਰ ਸਾਹਿਬ ਨੇ ਇਲਜ਼ਾਮ ਲਾਏ ਨੇ, ਸ਼੍ਰੋਮਣੀ ਕਮੇਟੀ ਕੁਛ ਉਹਨਾਂ ਦੇ ਉੱਤੇ ਐਕਸ਼ਨ ਲਵੇਗੀ ਕਿਉਂਕਿ ਉਹ ਵੀ ਇੱਕ ਸਿਆਸੀ ਲੀਡਰ ਨੇ? ਮੇਰਾ ਸਵਾਲ ਸਿੱਧੇ ਤੌਰ ਦੇ ਉੱਤੇ ਉਹਨੇ ਪੁੱਛਿਆ। ਦੇਖੋ ਮਰਿਆਦਾ ਦਾ ਜਿੱਥੋਂ ਤੱਕ ਹੁੰਦਾ ਉਹ ਨੋਟਿਸ ਸਿੰਘ ਸਾਹਿਬ ਨੇ ਕਰਨਾ ਜੀ। ਦਾੜੀ ਦੇ ਕੇਸਾਂ ਦਾ ਅਸੀਂ ਪਹਿਲਾਂ ਵੀ ਕਿਹਾ ਸੀ ਸਤਿਕਾਰ ਕਰਦੇ ਹਾਂ, ਦਸਤਾਰ ਦਾ ਵੀ ਸਤਿਕਾਰ ਆ। ਅਤੇ ਜਿਹਲੇ ਅਪਰ ਕੋਰਟ ਦੇ ਵਿੱਚ ਜਿਹੜੀ ਆਪਾਂ ਕਹਿੰਦੇ ਸੁਪਰੀਮ ਬੋਡੀ ਅਕਾਲ ਤਖ਼ਤ ਦੇ ਉੱਤੇ ਸਾਰਾ ਮਸਲਾ ਉਹ ਸਿੰਘ ਸਾਹਿਬਾਂ ਨੇ ਬੈਠ ਕੇ ਡਿਸਕਸ ਕੀਤਾ ਆ, ਤਾਂ ਮੇਰਾ ਖਿਆਲ ਉਹਦੇ 'ਤੇ ਉਹਨੇ ਕਾਰਵਾਈ ਵੀ ਆਪਣੀ ਕੀਤੀ ਆ ਅਤੇ ਹੁਣ ਮੇਰਾ ਉੱਤੇ ਕਮੈਂਟ ਕਰਨਾ ਜਿਹੜਾ ਇਹ ਅਕਾਲੀ ਦਲ ਉਹ ਮੇਰਾ ਖਿਆਲ ਆਪਣੇ ਗਿਆਨੀ ਸੋਰੀ ਸਰਦਾਰ ਬਲਵਿੰਦਰ ਸਿੰਘ ਭੂੰਦੜ ਅੱਜ ਆਏ ਆ ਇੱਥੇ ਮੇਰਾ ਖਿਆਲ ਸ਼ਾਇਦ, ਜਾਂ ਨਹੀਂ ਆਏ ਅਤੇ ਉਹ ਮੇਰਾ ਖਿਆਲ ਅਖਬਾਰ ਦੇ ਵਿੱਚ ਅੱਜ ਉਹਦਾ ਜਿਹੜਾ ਸਾਰਾ ਆ ਉਹਨੇ ਆਪਣਾ ਪ੍ਰਕਰਨ। ਦੇਖੋ ਮੈਂ ਤਾਂ ਉਹ ਵੀ ਸਾਡਾ ਛੋਟਾ ਭਰਾ ਆ, ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਮਰਿਆਦਾ ਉਹ ਮੇਰੇ ਤੋਂ ਵੱਧ ਜਾਣਦੇ ਆ, ਕਿਉਂਕਿ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਉਹ ਰਹੇ ਲਾਗੇ, ਅਤੇ ਉਹਨਾਂ ਨੂੰ ਵੀ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਤੁਸੀਂ ਵੀ ਉਹ ਗੱਲ ਨਾ ਕਰੋ ਜਿਹਦੇ ਨਾਲ ਹੋਰ ਵੱਧ ਜਿਹੜੀਆਂ ਉਹ ਵੰਡੀਆਂ ਪੈਣ।
सिख का तो सुभा ही बहुत पानी वर्गा निर्मल हुंदा ते ओ भी अपने मैं समझदा आ अपने जिसले कोई गल करनी है अंदर वड़ के तो कर लैन पब्लिकली इहो जिहा गल चलो मैं बेनती की थोड़े मीडिया राही मैं बेनती की अपने देखो गल पता की आ जिसले तुसी आम करके को प्रेस कॉन्फ्रेंस होना थोड़े को मोबाइल किसी ने खोए या कोई ये पीसी होंगी उसले बखरी जी वीडियो आ श्रोमणी गुरुद्वारा प्रबंधक कमेटी तो सा बीबी मनदीप कौर खड़ी आ ये करके आए आ उत्थे सिंह साहब के आदेश से की जो सिंह साहब ने आदेश किया क्योंकि आप एक पासे सिंह साहब कहिए मेरा ख्याल आ मेरे नोट च नहीं पर यह परंपरावां इदां दियां नहीं पाउणियां चाहीदियां मैं परंपरा नहीं पाउणी चाहीदी देखो कुछ गल्लां जिहड़ियां आ ओह मैं पहलां तुहानूं दस सकदियां कि कित्थों पटना साहब तो तुर के हजूर साहब तो तुर के कित्थों कित्थों तुर के पवां इनू अज ये बीजेपी भी कही जाए रद्द करते हैं आर एस एस भी कही जाए रद्द करते हैं पर आ मौजूदा जिहड़ा समा चल रहा इहदे विच तां गल्लां प्रत्यक्ष तौर ते सामने ही आ गई हैं की हो रहा देखो मैं थानू पहला भी अर्ज की सिंह साहब साडे लई सत्कार योग आ ते उहनां दे अहुदे ते मान मर्यादा नूं देखदे होए एक मर्यादा दे सानू भी उहदा पालन करना चलो मैं बार बार तुसी मेरे मुंह च इह गल पाउंदे मैं पहला भी थानू कह चुका कि बहुत सारिया गल्लां हैगियां जिहड़ियां सीधे तौर दे उत्ते किते फेर भी तुहाडे नाल कर लांगे पर सिंह साहब साडे सत्कार योग आ ਉਹਨਾਂ ਦਾ ਮਾਨ ਮਰਿਆਦਾ ਦਾ ਤੇ ਦੂਜਾ ਜਿਹੜਾ ਉਹ ਧਿਆਨ ਰੱਖਦੇ ਬੇ ਬਟੂਆ ਸਾਹਿਬ ਨੂੰ ਵੀ ਬੇਨਤੀ ਕਰਦਾ ਕਿ ਉਹ ਭੇਜ ਦੇਣ ਪਰਿਵਾਰਾਂ ਦੀ ਰੇਖੀ ਕੀਤੀ ਜਾ ਰਹੀ ਹੈ ਸਿੰਘ ਸਾਹਿਬ ਨਾਲ ਅਕਾਲ ਤਖਤ ਸਾਹਿਬ ਨੇ ਕਿਹਾ ਤੇ ਤੰਦਵਾ ਸਾਹਿਬ ਨੂੰ ਕਿਹਾ ਗਿਆ ਚਲੋ ਸਿੰਘ ਸਾਹਿਬਾਂ ਨਾਲ ਮੈਂ ਅੱਜ ਬੈਠ ਕੇ ਸਵੇਰੇ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਉਹਨਾਂ ਕੋਲ ਵੀ ਆਇਆ ਤੇ ਉਹਨਾਂ ਨਾਲ ਅੱਜ ਮੇਰੀ ਗੱਲ ਹੋਈ ਤੁਸੀਂ ਕਿਹਾ ਕਿ ਮੇਰੀ ਸਿੰਘ ਸਾਹਿਬ ਦੇ ਨਾਲ ਗੱਲ ਹੋਈ ਪਰ ਉਹਨਾਂ ਨੇ ਜਿਹੜੀ ਵੀਡੀਓ ਜਾਰੀ ਕੀਤੀ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਮੇਰੀ ਆਪਣੀ ਸੰਸਥਾ ਨੇ ਇੱਕ ਸ਼ਬਦ ਨਹੀਂ ਬੋਲਿਆ ਸਿੱਧੇ ਤੌਰ ਤੇ ਤੁਹਾਡੇ ਤੇ ਵਿਸ਼ਵਾਸ ਅਸੀਂ ਉਸੇ ਤੇ ਆ ਰਹੇ ਸੀਗੇ ਕਿ ਤੁਸੀਂ ਐਕਸ਼ਨ ਕੀ ਲੈ ਰਹੇ ਹੋ देखो मेरी गल बेनती सुन लो ओ तां उहनी एक्शन उहनी लै लिया तो हुण मेरा एक्शन विच की रह गया सुप्रीम बॉडी मेरी बेनती अमृत मान बेनती सुनो सुप्रीम बॉडी ने जब एक्शन लै लिया उन्होंने एक्शन लै लिया तो गांह अकाली दल ने एक्शन का गांह उन्होंने हदायत जी कर ली तो फिर हम गांह बाकी गल की हो गए जी कल हो गया चलो जी अपने ज्ञानी अमृत अपने साहब अमृतपाल सिंह ये जेड़ा तुसी सवाल कर रहे थी कोई रेलीवेंस नहीं एट द स्टेज वो अस्तीफा असी रद्द किया नामंजूर किया सिंह साहब गहां अपने सियाने आ सोझे हुआ कोई इदा नहीं होंगी एक मर्यादा होंगी आ पर अगला सवाल हुण आपां होर उहनूं ये सवाल तां जदों कदे होऊ फेर देखिए पर हुण तां चलो चलो मेरी बेनती सुनो ਤੁਸੀਂ ਸ਼ਾਇਦ ਘੱਟ ਵਿਚਰੇ ਹੋਵੋਗੇ ਮੈਨੂੰ ਵੀ ਲੰਮਾ ਸਮਾਂ ਵਿਚਰਦੇ ਨੂੰ ਹੋ ਗਿਆ ਮਤਭੇਦ ਤਾਂ ਇੱਕ ਹੈਲਦੀ ਸਾਈਨ ਹੁੰਦਾ ਟੂ ਸਮ ਐਕਸਟੈਂਟ ਉਹ ਜਿਹੜੀ ਸਾਰਥਕ ਹੋਣੀ ਚਾਹੀਦੀ ਹੈ ਅਤੇ ਸਾਰਥਕ ਤੌਰ 'ਤੇ ਹਰ ਇੱਕ ਬੰਦੇ ਨੂੰ ਆਪਣਾ ਅਧਿਕਾਰ ਆ ਜੇ ਮੈਂ ਹੁਣ ਅੱਜ ਹੁਣ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹਾਂ ਤੁਸੀਂ ਮੈਨੂੰ ਸਵਾਲ ਕਰ ਹੀ ਰਹੇ ਨਾ ਇੱਕ ਵੱਖਰਾ ਹੁੰਦਾ ਮਰਿਆਦਾ ਵੱਖਰੀ ਹੁੰਦੀ ਪਰ ਉਹਨਾਂ ਨੇ ਸਿੰਘ ਉਹਨਾਂ ਨੇ ਉਦੋਂ ਉਸ ਗੱਲ ਦਾ ਆਦੇਸ਼ ਉਹਨੇ ਉਹਦਾ ਜ਼ਰੂਰ ਬਰੋ ਪਰ ਆਦੇਸ਼ ਮੰਨਿਆ ਸੀ ਹਾਂਜੀ।